ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਅਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਮਿਹਨਤਾਂ ਕਾਸ਼ਾਂ ਕਰਕੇ ਜਨਾਬੇ ਲਈ ਖੂਬਸੂਰਤ ਅਤੇ ਜਨਾਬ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੁੰਦਾ। ਉਮੀਦ ਕਰਨਾ ਕਿ ਅੱਜ ਵਾਲੀ ਵੀਡੀਓ ਪਸੰਦ ਆਏਗੀ, ਇਹਨੂੰ ਲਾਈਕ ਵੀ ਕਰਦੇ ਰਹੋਗੇ, ਸ਼ੇਅਰ ਵੀ ਕਰਦੇ ਰਹੋਗੇ, ਕਮੈਂਟ ਵੀ ਕਰਦੇ ਰਹੋਗੇ ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਵੀ ਕਰਦੇ ਰਹੋਗੇ। ਮੇਰੇ ਤੁਹਾਡੇ ਕੈਮਰੇ ਦੀ ਨਜ਼ਰ ਦੇ ਸਾਹਮਣੇ ਚੋਲਾਸਤਾਨੀ ਦੇ ਵਿੱਚ ਕ੍ਰੋਸ ਵੈਡ ਏ ਔਰ ਇੱਕ ਇੱਕ ਗੱਲ ਮੇਰੇ ਵੀਰ ਦੇਖ ਲੈਣ, ਇਹਦਾ ਪਹਿਲਾ ਸੂ ਹੈ, ਦੂਜਾ ਇਹ ਸਾਰੀਆਂ ਗੱਲਾਂ ਭਾਈ ਅਲੀ ਅਮੀਨ ਤੋਂ ਪੁੱਛੀਆਂ ਜਾਣਗੀਆਂ। ਮਗਰ ਦੋਸਤ ਬੱਚਾ ਕਿੰਨੇ ਦਿਨਾਂ ਦੀ ਸੂਈ ਹੋਈ ਹੈ, ਚੁਆਈ ਵਿੱਚੇ ਕਰਾਵਾਂਗਾ। ਟਾਈਮ ਬਹੁਤ ਓਵਰ ਹੋ ਗਿਆ ਸੀ, ਟਾਈਮ ਓਵਰ ਹੋਣ ਦੀ ਵਜ੍ਹਾ ਤੋਂ ਵੀ ਫਿਰ ਵੀ ਆਪਣੇ ਵੀਰਾਂ ਵਾਸਤੇ ਵੀਡੀਓ ਬਣਾ ਰਹੇ ਹਾਂ ਜਨਾਬ। ਅਫਤਾਰੀ ਤੋਂ ਬਾਅਦ ਦੀ ਇਹ ਵੀਡੀਓ ਹੈ ਜਨਾਬ ਜਿਹੜੀ ਬਣਾਉਣ ਲੱਗੇ ਹਾਂ। ਔਰ ਬਾਈ ਜੀ ਤੋਰ ਕੇ ਵਿਖਾਓ ਅਤੇ ਬੱਚਾ ਜਲਦੀ ਤੋਂ ਜਲਦੀ ਥੱਲੇ ਲਾਓ। ਸਵਾਹ ਸ਼ੂ ਹਰ ਸ਼ਾ ਆਪਾਂ ਤਸੱਲੀ ਕਰਾਈਏ ਵੀਰਾਂ ਜਨਾਬ। ਮਾਸ਼ਾਅੱਲਾ ਆਰਡਰ ਕੁਆਲਿਟੀ ਜਿੰਨਾ ਵੈਡ ਕੋਲ, ਵੈਡ ਦੇ ਬੁੱਤ ਦੇ ਮੁਤਾਬਕ, ਵੈਡ ਦੇ ਜਿਸਮ ਦੇ ਮੁਤਾਬਕ ਮਾਸ਼ਾਅੱਲਾ ਸਾਫ਼ ਸੁਥਰਾ ਆਰਡਰ ਕੁਆਲਿਟੀ ਔਰ ਮੁੱਠ ਮੁੱਠ ਦਾ ਥਣ ਸਾਫ਼ ਸੁਥਰਾ ਲੱਗਿਆ ਹੈ। ਬੜੀ ਬਰੀਕ ਵੱਛੀ ਗਰਮੀ ਸਰਦੀ ਨਹੀਂ ਕਰੇਗੀ, ਦੁੱਧ ਪੁੱਤਰ ਆਲੀ ਵੈਡ ਏ ਔਰ ਇਨਸ਼ਾਅੱਲਾ ਤਾਲਾ ਮੈਂ ਆਪਣੇ ਵੀਰਾਂ ਤਸੱਲੀਆਂ ਕਰਾ ਰਿਹਾ। ਲੈਣੇ ਦੇਣੇ ਮੁਕੱਦਰ ਨੇ, ਸੌਂਦੇ ਦੋਸਤ ਨਸੀਬਾਂ ਦੇ ਹੁੰਦੇ ਨੇ। ਜਾਨਵਰ ਵਿਖਾਉਣ 'ਚ ਕਦੇ ਕੋਈ ਕਮੀ ਕੁਤਾਈ ਨਹੀਂ ਛੱਡੀ ਦੀ, ਸਫਾਈ ਇਸੇ ਲਈ ਕਰਾਈ ਦੀ ਏ। ਥਣ ਦੇ ਵਾਧੇ ਘਾਟੇ ਦੀ ਹਰ ਗੱਲ ਦੀ ਫਿਰ ਵੀ ਜ਼ਿੰਮੇਵਾਰੀ ਹੁੰਦੀ ਹੈ, ਫਿਰ ਵੀ ਤਸੱਲੀ ਕਰੀ ਦੀ ਏ ਕਿ ਯਾਰ ਉੱਤੇ ਚੁਆਈ ਜਦੋਂ ਕਰਨੀ ਕਰਨੀ ਏ ਅਤੇ ਮਾਲਕ ਜਿਹੜਾ ਮੇਰਾ ਵੀਰ ਲਹਿਗਾ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਵੈੜ ਦੇ ਕੋਲ ਇੰਨਾ ਦੁੱਧ ਏ, ਇਹ ਹਿਸਾਬ ਕਿਤਾਬ ਏ, ਇਹ ਗੱਲ ਇਹ ਬਾਤ ਹੈ। ਮਾਸ਼ਾਅੱਲਾ ਪੂਰਾ ਰੁਗ ਰੁਗ ਦਾ ਸੋਹਣਾ ਥਣ ਲੱਗਿਆ ਹੈ, ਬੜੀ ਬਰੀਕ ਵੈੜ ਏ। ਜਿਹੜਾ ਮੇਰਾ ਵੀਰ ਗਾਂ ਦੇ ਬੱਚੇ ਨੂੰ ਸਮਝਦਾ ਨਾ, ਇਨਸ਼ਾਅੱਲਾ ਤਾਲਾ ਉਹ ਵੀਡੀਓ ਲੱਗੀ 5 ਮਿੰਟਾਂ ਬਾਅਦ ਹੀ ਮੰਗੇਗਾ, ਕਿਉਂਕਿ ਜਾਨਵਰ ਦੀ ਪੂਰਾ ਵਜੂਦ ਥਣ ਆਰਡਰ ਕੁਆਲਿਟੀ ਔਰ ਉਮਰ ਤੋਂ ਹਰ ਗੱਲ ਤੋਂ ਜਾਨਵਰ ਦਾ ਪਤਾ ਲੱਗ ਜਾਂਦਾ, ਜਾਨਵਰ ਦੁੱਧ ਪੁੱਤਰ ਵਾਲੇ ਦਾ ਵੀ ਪਤਾ ਲੱਗ ਜਾਂਦਾ ਔਰ ਵੱਛੀ ਦਾ ਜਿੰਨਾ ਆਰਡਰ ਕੁਆਲਿਟੀ ਏ। ਮਾਸ਼ਾਅੱਲਾ ਸਾਫ਼ ਸੁਥਰਾ ਨਸਲੋ ਜ਼ਾਤੋ ਸੁਥਰੀ ਔਰ ਸਿੰਘ ਜਿਹੜਾ ਇਹ ਮੇਰੇ ਵੀਰਾਂ ਦੇ ਸਾਹਮਣੇ 2.5 ਇੰਚ ਦਾ ਸਿੰਘ ਹੈਗਾ, ਉਹ ਮੇਰੇ ਵੀਰਾਂ ਨੇ ਵੇਖ ਲਿਆ। ਕ੍ਰਾਸ ਦੇ ਵਿੱਚ ਵੱਛੀ ਵਾਧਾ ਨਜ਼ਰ ਆ ਰਹੀ ਏ, ਕੈਮਰਾਮੈਨ ਸਭ ਉੱਤੋਂ ਵਿਖਾ ਦਿਓ। ਵੱਛੀ ਦੇ ਕੋਈ ਬੰਨ ਸ਼ਨ ਕੋਨੀ ਦੀ, ਤੋੜ ਤਿਕਰਾ ਦੇਖਦੇ ਪਏ ਨੇ ਕੋਈ ਬੰਨ ਕੋਨੀ ਦੀ। ਔਰ ਬਾਹੂ ਨਾ ਜਿਹੜਾ ਖੱਬੇ ਹੱਥ ਨਾਲ ਚੁਆਈ ਕਰਕੇ ਵਿਖਾਈ, ਸੱਜੇ ਹੱਥ ਨਾਲ ਬਾਲਟੀ ਫਾੜਨੀ, ਚਾਰ ਚਾਰ ਤਾਰਾਂ ਸਾਰੇ ਥਣਾਂ 'ਚੋਂ ਮਾਰਨੀ। ਇਹਦੇ ਲਈ ਮਣੇ ਥੋੜ੍ਹਾ ਇੱਧਰ ਹੋ ਜਾ ਬਾਹੂ, ਇੱਧਰ ਹੋ ਜਾ। ਥਣ ਦਾ ਪੂਰਾ ਪਸਮਾ ਵਿਖਾ ਦੇ ਕੈਮਰਾਮੈਨ ਸਾਹਿਬ, ਪੂਰਾ ਪੀਰ ਵੇਖਣ। ਬਾਲਟੀ ਮੁੱਢੀ ਨਹੀਂ ਕੀਤੀ ਬਾਹੂ, ਚੱਲ ਚੋਣੀ ਸ਼ੁਰੂ ਕਰ। ਇਹ ਦੇਖਦੇ ਪਏ ਨੇ ਸਾਰੇ ਥਣਾਂ 'ਚੋਂ ਤਾਰ ਤਾਰ ਮਾਰ ਕੇ ਵਿਖਾ, ਪੂਰਾ ਮਾਸ਼ਾਅੱਲਾ ਚੁਆ ਸੋਣਾ ਵੱਛੀ ਦਾ ਜਿੰਨਾ ਲੱਗਿਆ ਹੈ, ਕਮਾਲ ਦਾ ਚੁਆ, ਕਮਾਲ ਦੀ ਵੱਛੀ। ਆਪ ਲੈਣੇ ਦੇਣ ਮੁਕੱਦਰ ਹੁੰਦੇ ਨੇ, ਸੌਦੇ ਵੀਰੋਂ ਨਸੀਬਾਂ ਦਿੰਦੇ ਨੇ। ਜਾਨਵਰ ਨੂੰ ਪੂਰਾ ਜਦੋਂ ਤੱਕ ਲਈਏ, ਉਹਨੇ ਆਖਿਆ ਪਤਾ ਲੱਗ ਜਾਂਦਾ ਕਿ ਦੁੱਧ ਦੇਣ ਵਾਲਾ ਕਿ ਨਹੀਂ ਦੇਣ ਵਾਲਾ। ਜਿਹੜਾ ਪਤਾ ਲੱਗੇ ਨਾ ਕਿ ਜਾਨਵਰ ਸਾਫ਼ ਸੁਥਰਾ, ਦੁੱਧ ਦੇਣ ਵਾਲਾ ਔਰ ਬਰੀਕ ਜਾਨਵਰ ਏ, ਉਹੀ ਆਪਣੇ ਵੀਰਾਂ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਈਦਾ। ਪੂਰੀ ਚੁਆਈ ਵੇਖਣ, ਪੂਰੀ ਸਾਰੀ ਗੱਲ ਵੇਖਣ, ਗਾਂ ਦਾ ਪਸਮਾ ਵੀ ਲੋਹੇ ਰੰਗਾ ਔਰ ਐਂਡ ਤੱਕ ਚੋਵਾਂਗੇ ਪਤਾ ਲੱਗ ਜਾਏਗਾ। ਜਿਹੜਾ ਪਹਿਲੇ ਬੋਲੇ 'ਚ ਘੱਟ ਪਤਾ ਲੱਗਦਾ ਜਾਨਵਰ ਦਾ, ਜਦੋਂ ਚੁਆਈਆਂ 'ਚ ਪੈਂਦਾ ਫਿਰ ਜਾਨਵਰ ਦਾ ਪੂਰਾ ਪਤਾ ਲੱਗ ਜਾਂਦਾ ਜਾਨਵਰ ਕਿਸ ਤਰ੍ਹਾਂ ਦਾ। ਫਿਰ ਵੀ ਵੀਰਾਂ ਨੂੰ ਤਸੱਲੀਆਂ ਕਰਕੇ ਦੇਈਦਾ, ਜਿਹੜਾ ਵੀਰ ਔਨਲਾਈਨ ਲੈਂਦਾ ਉਹਨੂੰ ਹਰ ਗੱਲ ਦੀ ਤਸੱਲੀ ਕਰਾਈ ਦੀ ਏ, ਕੋਈ ਗਿੱਲਾ ਸ਼ਿਕਵਾ ਲਾਮਾ ਨਾ ਆਵੇ। ਛਿੱਕ ਗਾਂ ਚੋਈ ਜਾ, ਜਲਦੀ ਨਾ ਸਪੀਡ ਨਾ ਪਾਓ, ਠੀਕ ਹੈ, ਕਿਉਂਕਿ ਵੀਡੀਓ ਲੰਮੀ ਹੁੰਦੀ ਜਾਂਦੀ। ਕੋਈ ਗੱਲ ਨਹੀਂ, ਚੁਆਈ ਛਿੱਕ ਕੇ ਕੀਤੀ ਜਾਵੋ ਜ਼ੋਰ ਨਾਲ, ਕਿਉਂਕਿ ਵੀਡੀਓ ਨਾ ਟਾਈਮ ਚਲਾ ਜਾਣਾ, ਸ਼ਾਮ ਹੋ ਜਾਣੀ ਹੈ, ਆ ਰਾਤ ਹੋ ਜਾਣੀ ਹੈ।
ਤੇ ਹਨੇਰਾ ਹੋ ਜਾਣਾ, ਫਿਰ ਵੀਡੀਓ ਬਣਨੀ ਨਹੀਂ। ਲਾਈਟ ਆਨ ਕਰ ਲਓ। ਮਾਸ਼ਾਅੱਲਾ ਬੜਾ ਚੁਆ ਕਮਾਲ। ਦੋ ਬੰਦੇ ਥੱਲੇ ਬੈਠੇ ਨੇ, ਬੱਚੇ ਨੂੰ ਕੋਈ ਪਰਵਾਹ ਕੋ ਨਹੀਂ, ਕੋਈ ਕੁਛ ਕੋ ਨਹੀਂ। ਇਹ ਕੈਮਰਾ ਇਹ ਥੱਲੇ ਮੰਨ ਲਿਆ ਪੂਰੀ ਨਾ ਦਾ ਪਤਾ ਲੱਗ ਗਿਆ ਚੁਆਈ ਦੇ ਪੈਰ। ਪੂਰਾ ਚੁਆ ਸੁਥਰਾ, ਸਾਫ ਸੁਥਰੀ ਵੈੜ, ਨਸਲੋ ਜਾਤੋਂ ਵੀ ਚੰਗੀ ਸੁਥਰੀ। ਮਾਸ਼ਾਅੱਲਾ ਕਰਾਸ ਵੇਖਦੇ ਪਏ ਨੇ ਵਾਜ਼ਾ ਵੱਛੀ ਦਾ, ਤੇ ਗਰਮੀ ਵੀ ਨਹੀਂ ਕਰਨ ਵਾਲੀ ਦੋਸਤ, ਮਗਰ ਇਹਦੇ ਵੱਛੇ ਬਾਲਟੀ ਦਿਆਂ ਬਦਲਾ। ਉਹ ਤਾਂ ਬਾਹਰ ਗੱਲ ਪਤਾ ਨਾ, ਕਿਉਂਕਿ ਲਾਈਟ ਬਾਲੀ ਹੋਈ ਹੈ ਤਾਂ ਅੱਖਾਂ ਤਾਂ ਚਮਕਦੀਆਂ ਪਈਆਂ ਨੇ ਗਾਂ ਦੀਆਂ। ਮਾਸ਼ਾਅੱਲਾ ਹਰ ਪਾਸੋਂ ਵੱਛੀ, ਸੀਲ ਸਾਹ ਵੀ ਪੂਰੀ, ਨਸਲੋ ਜਾਤੋਂ ਵੀ ਲੰਮੀ ਵੀ ਪੂਰੀ, ਮਾਸ਼ਾਅੱਲਾ ਵੱਛੀ। ਤੇ ਵੱਛੀ ਜੀ ਜਿਹੜਾ ਕਰਾਸ ਹੈ ਦੋਸਤੋ, ਜਰਸੀ ਤੇ ਚੋਲਸਤਾਨੀ ਦਾ। ਪੂਰੀ ਕੱਦੋ ਬੁੱਤੋ ਮਾਸ਼ਾਅੱਲਾ, ਕੱਦ ਜਿੰਨਾ ਗਾਂ ਦਾ ਕੱਦ ਹੈ ਉਸ ਤੋਂ ਜ਼ਿਆਦਾ ਅੱਲਾਹ ਤਾਲਾ ਨੇ ਥੱਲੋਂ ਨੂਰ ਲਾਇਆ ਹੈ। ਦੁੱਧ ਵੀ ਸਫੈਦ ਹੋਏਗਾ ਇਨਸ਼ਾਅੱਲਾ, ਤੇ ਜਿਵੇਂ ਮੱਝਾਂ ਦਾ ਹੁੰਦਾ। ਇਹ ਅਫਤਾਰੀ ਤੋਂ ਬਾਅਦ ਦੀ ਵੀਡੀਓ ਜਨਾਬ, ਮੇਰੇ ਵੀਰਾਂ ਸਾਹਮਣੇ। ਮੇਰੇ ਭਰਾ ਦੇਖ ਲੈਣ ਟਾਈਮ ਹੈ ਜਿਹੜਾ, ਮੇਰੇ ਵੀਰਾਂ ਸਾਹਮਣੇ ਨਹੀਂ ਆ ਰਿਹਾ। ਲਿਆ ਬੱਚੇ ਛੱਡ, ਉਹ ਦੂਸਰੀ ਲਿਆ ਬਾਲਟੀ, ਬਾਲਟੀ ਦੂਸਰੀ ਲਿਆ ਜਿੰਨੇ ਆਪਾਂ ਪਰਤ ਗਏ, ਹਾਰ ਕੇ ਦੁੱਧ ਮਿਲੀਏ ਸਵਾਰ ਕੇ।
ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਲਿਆਓ। ਇਹ ਜਨਾਬ ਇੱਕ, ਮਾਸ਼ਾਅੱਲਾ ਦੋ, ਇਹ ਤਿੰਨ, ਇਹ ਚਾਰ, ਇਹ ਪੰਜ, ਇਹ ਜਨਾਬ ਛੇ ਮੇਰੇ ਵੀਰਾਂ ਸਾਹਮਣੇ। ਬੱਚਾ ਫੜੇ ਵਿਖਾ ਵੀਰਾਂ ਨੂੰ ਤੇ ਬੱਚੇ ਨੂੰ ਵੀ ਦੁੱਧ ਛੱਡਿਆ। ਮਾਸ਼ਾਅੱਲਾ ਇਹ ਨਹੀਂ ਕਿਸ ਦੇ ਸਾਰੀ ਆ ਪਾਣੀ ਚੋਈ ਆਵੇ ਚਾਰਾ ਦਣਾ ਜੀ। ਮਾਸ਼ਾਅੱਲਾ ਮਾਸ਼ਾਅੱਲਾ ਵੇਖਦੇ ਪੈਣ ਮੇਰੇ ਭਰਾ ਸਾਰੇ ਹੱਥਾਂ 'ਚ ਦੁੱਧ ਬੱਚੇ ਨੂੰ ਰਜਵਾ ਛੱਡਿਆ ਬਾਕੀ ਵੀ ਖੁੱਲ੍ਹਾ ਛੱਡਿਆ ਜੀ। ਠੀਕ ਹੋ ਗਿਆ ਇਹ ਹਰ ਗੱਲ ਮੇਰੇ ਵੀਰਾਂ ਸਾਹਮਣੇ ਆ ਗਈ ਔਰ ਤਸੱਲੀਆਂ ਕਰਾ ਦਿੱਤੀਆਂ ਵੀਰਾਂ ਨੂੰ ਅਤੇ ਉਹਨਾਂ ਲਿਆਓ ਕੈਮਰਾਮੈਨ ਸਰ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ ਭਾਈਜਾਨ, ਗੱਲ ਸਾਰੀ ਵੀਰਾਂ ਨੇ ਵੇਖ ਲਈ ਇਹ ਤਸੱਲੀ ਕਰਾ ਦਿੱਤੀ ਹੈ ਜੀ। ਇਹ ਗਾਂ ਕੋਲੇ ਆਪਣੇ ਕੋਲ ਟਾਈਮ ਤੋਂ ਟਾਈਮ ਜਿਹੜਾ ਦੁੱਧ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਕਿੰਨਵਾਂ ਸੂ ਹੈ ਸਾਰੀ ਗੱਲ ਸੱਚੀ ਕਰਨੀ ਇਹਨੂੰ ਭਾਈ ਜਿਵੇਂ 10 ਦਿਨ ਹੋ ਗਿਆ ਸੂਈ ਨੂੰ। ਅੱਛਾ ਜੀ। ਟਾਈਮ ਤੋਂ ਟਾਈਮ ਗਾਂ ਕੋਲੇ 14 ਕਿਲੋ ਦੁੱਧ ਹੈ ਹੁਣ ਆਪਾਂ ਜਲਦੀ 'ਚ ਚੋਈਏ ਗਾਂ ਵਿੱਚੋਂ ਅਜੇ ਖੜੀ ਹੈ ਯਾਨੀ ਕਿ ਜਲਦੀ 'ਚ ਨੇੜੇ ਦੀ ਵਜ੍ਹਾ ਤੋਂ ਚੋਈ ਆਪਾਂ ਮੁਕੰਮਲ ਗਾਂ ਮੁਕੰਮਲ ਗਾਂ ਨਹੀਂ ਚੋਈ 14 ਕਿਲੋ ਦੀ ਗਰੰਟੀ ਹੈ ਆਪਣੀ। ਕੋਈ ਵੀਰ ਆਵੇ ਦੋ ਟਾਈਮ 'ਚ ਹੋਵੇ ਚਾਰ ਟਾਈਮ 'ਚ ਹੋਵੇ ਇਨਸ਼ਾਅੱਲਾ ਚੁਆਵਾਂਗੇ ਵੀ ਭਾਈਜਾਨ ਥਣ ਦੀ ਪਿੱਛੇ ਦੀ ਆਦੇ ਆਪ ਨੂੰ ਚੁੰਘਣ ਦੀ ਜੇਰ ਨਾ ਪਾਈ ਹੋਵੇ ਇਹ ਹਰ ਗੱਲ ਦੀ ਗਰੰਟੀ ਹਰ ਚੀਜ਼ ਦੀ ਆਪਣੀ ਗਰੰਟੀ ਹੈ। ਚੁੰਘਦੀ ਹੋਵੇ ਦੋ ਪਸਮਾ ਕਰੇ ਖੋਟੀ ਹੋਵੇ ਲੱਤਾਂ ਮਾਰੇ ਮੁਹੱਬਤ ਚਾਹਤ ਪਿਆਰ ਲਾਡ ਵੀਰ ਕੋਲ ਕਰਾਵੇ ਜੀ ਥੋੜੀ ਬਹੁਤ ਖੁਆਇਸ਼ਮੰਦ ਪੂਰੀ ਕਰਾਂਗੇ ਜਨਾਬ। 1,95,000 ਰੁਪਏ ਡਿਮਾਂਡ ਹੈ ਵੀਰ ਦੀ ਪਿਆਰ ਮੁਹੱਬਤ ਜਿੰਨਾ ਹੋ ਸਕਿਆ ਵੀਰਾਂ ਲਈ ਕਰਾਵਾਂਗੇ। 12 ਲੀਟਰ ਦੀ ਗਰੰਟੀ ਹੈ ਜਨਾਬ ਤੇ ਹਰ ਗੱਲ ਮੇਰੇ ਵੀਰਾਂ ਦੇਖ ਲਈ ਹੈ ਤਸੱਲੀ ਕਰਾ ਦਿੱਤੀ ਹੈ। ਅੱਜ ਦੀ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਦੋਸਤੋ ਕਰਨਾ ਨਹੀਂ ਭੁੱਲਣਾ ਔਰ ਅੱਜ ਦੀ ਵੀਡੀਓ ਨਾਲ ਦੇਣੀ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਇਜਾਜ਼ਤ। ਅੱਲਾ ਨਿਗਵਾਨ ਪਾਕਿਸਤਾਨ ਜ਼ਿੰਦਾਬਾਦ।